ਜੇ ਤੁਸੀਂ ਨੇ ਪੂਰਾ ਐਪੀਸੋਡ ਸੁਣਿਆ ਤੇ ਤੁਹਾਡੇ ਕੋਈ ਸਵਾਲ ਨੇ ਤਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਕਿ ਜੇ ਕਿਸੇ ਵੀ ਕੋਈ ਵੀ ਪੇਰੈਂਟਸ ਸੁਣ ਰਹੇ ਨੇ ਜਾਂ ਕੋਈ ਵੀ ਟੀਚਰ ਸੁਣ ਰਹੇ ਨੇ ਕਮੈਂਟਸ ਦੇ ਵਿੱਚ ਤੁਸੀਂ ਆਪਣੇ ਕੁਐਸਚਨਸ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਤੇ ਜੇ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਸਟੂਡੈਂਟ ਤੇ ਟੀਚਰ ਦਾ ਰਿਲੇਸ਼ਨ ਅੱਜ ਦੇ ਟਾਈਮ 'ਚ ਕਿੱਦਾਂ ਦਾ ਹੈ ਕਿੱਦਾਂ ਦਾ ਹੋਣਾ ਚਾਹੀਦਾ ਸੀ ਅਤੇ ਪਹਿਲਾਂ ਕਿੱਦਾਂ ਦਾ ਸੀ ਮੇਰੇ ਖਿਆਲ 'ਚ ਜ਼ਿਆਦਾਤਰ ਪਹਿਲ ਟੀਚਰ ਵੱਲੋਂ ਹੀ ਹੁੰਦੀ ਆ ਕਿ ਜਿਸ ਤਰ੍ਹਾਂ ਦਾ ਉਹ ਬੱਚਿਆਂ ਦੇ ਨਾਲ ਬਿਹੇਵ ਕਰੇਗਾ ਉਸ ਤਰ੍ਹਾਂ ਦਾ ਹੀ ਉਹ ਵਾਪਸ ਬਿਹੇਵ ਪਾਵੇਗਾ ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਡੈਵਲ ਕਹਿੰਦੇ ਸੀਗੇ ਅੰਗਰੇਜ਼ਾਂ ਨੂੰ ਉਹਨਾਂ ਦੇ ਨਾਲੇ ਤਾਂ ਉਹਨਾਂ ਨੂੰ 20-25 ਲੱਖ ਰੁਪਇਆ ਵੀ ਦੇ ਰਹੇ ਆ ਨਾਲੇ ਉਹਨਾਂ ਦੇ ਗੋਡੀ ਹੱਥ ਵੀ ਲਾ ਰਹੇ ਨਾਲੇ ਤਾਂ ਉੱਥੇ ਪੜ੍ਹਾਉਣ ਨੂੰ ਵੀ ਮਜਬੂਰ ਹੈ ਕਿਉਂ ਇਹ ਉਹ ਪਹਿਲਾਂ ਨਾਲੋਂ ਮਤਲਬ ਇੱਕ ਤਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਆਗਿਆਕਾਰਤਾ ਸੀ ਉਹਦੇ ਵਿੱਚ ਕਾਫੀ ਡਿਕਲਾਈਨ ਆਇਆ ਪਤਨ ਆਇਆ ਇੱਕ ਜਿਵੇਂ ਹੀਰੋ ਮਰ ਗਿਆ ਹੋਵੇ ਉਸਦੇ ਅੰਦਰ ਦਾ ਅਤੇ ਟੀਚਰ ਨਾਲ ਅੱਜ ਦੇ ਜੋ ਭਾਰਤੀ ਵਾਤਾਂ ਨਹੀਂ ਮੈਨੂੰ ਪਤਾ ਪਰ ਜੋ ਭਾਰਤੀ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਹੀ ਕੁਛ ਵਾਪਰ ਰਿਹਾ ਉਹ ਅੰਦਰੋਂ ਟੁੱਟ ਰਿਹਾ ਕਿਉਂਕਿ ਜਿਵੇਂ ਤੁਸੀਂ ਨੇ ਵਧੀਆ ਗੱਲ ਕਹੀ ਕਿ ਜਿੱਦਾਂ ਪਹਿਲਾਂ ਤਾਂ ਯੂਨੀਵਰਸਿਟੀਆਂ ਢਾਹ ਕੇ ਗਏ ਸੀ ਜਿਹੜੇ ਹਮਲਾਵਰ ਸੀ ਪਰ ਅੱਜ ਦੇ ਅਸੀਂ ਆਪਾਂ ਉਹ ਟੀਚਰਾਂ ਨੂੰ ਢਾਹ ਰਹੇ ਹਾਂ ਜਿਹੜੀ ਉਹਦੀ ਇੱਕ ਆਵਾਜ਼ ਨੇ ਅਸਲ ਰੂਪ 'ਚ ਅਮਲ ਕਰਨ ਦੀ ਲੋੜ ਹੈ ਨਹੀਂ ਤਾਂ ਫਿਰ ਭਾਰਤ ਨੂੰ ਤੁਸੀਂ ਇੱਕ ਨਕਸ਼ੇ 'ਤੇ ਲੱਭਦੇ ਰਹਿ ਜਾਓਗੇ ਜਿਸ ਹਿਸਾਬ ਨਾਲ ਟੋਟੇ ਹੋ ਰਹੇ ਨੇ ਜਾਂ ਵਿਦੇਸ਼ੀ ਤਾਕਤ ਕਿਉਂਕਿ ਅਸੀਂ ਆਪਣੀ ਇੱਕ ਕਰੀਮ ਜੋ 7 ਬੈਂਡ 6.5 ਬੈਂਡ ਵਾਲੀ ਆ ਉਹ ਲਾ ਲਾ ਕੇ ਦੂਸਰਿਆਂ ਨੂੰ ਦੇਈ ਜਾ ਰਹੇ ਹਾਂ ਅਤੇ ਉਹ ਇੰਨਾ ਸਸਤੇ ਮੁੱਲ ਕਿ ਨਾਲ ਪੈਸੇ ਵੀ ਦੇਈ ਜਾ ਰਹੇ ਹਾਂ ਬਿਲਕੁਲ ਉੱਦਾਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਵੀ ਆਹ ਲੈ ਆਹ ਗਊ ਲੈ ਜਾ ਅਤੇ ਬਿਲਕੁਲ ਪੰਡਰ ਹੈ ਅਤੇ ਇਹਦੇ ਨਾਲ ਹੈ ਨਾ ਦੋ ਥੈਲੇ ਚੋਕਰ ਦੇ ਵੀ ਲੈ ਜਾ ਫੀਡ ਦੇ ਵੀ ਲੈ ਜਾ ਵੀ ਇਹਦੀ ਤੂੰ ਕੇਅਰ ਕਰ ਲੈ ਅਤੇ ਇੰਨਾ ਜ਼ਿਆਦਾ ਬੁਰੇ ਹਾਲਾਤ ਹੋ ਗਏ ਜੇ ਮੈਂ ਵੇਖਾਂ ਤਾਂ ਵੇਖੀ ਜਾਵਾਂ ਜੇ ਨਾ ਵੇਖਾਂ ਮਰ ਜਾਵਾਂ ਵੇ ਤੈਨੂੰ ਨੈਣਾਂ ਦੇ ਵਿੱਚ ਬੰਦ ਕਰ ਲਾਂ ਇਹ ਤੈਨੂੰ ਧੜਕਣ ਵਿੱਚ ਵਸਾਵਾਂ ਜੇ ਦਰਦ ਹਸੀਬ ਦਾ ਵਸ ਚੱਲੇ ਵੇ ਤੇਰੀ ਆਈ ਮੈਂ ਮਰ ਜਾਵਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਆਰ ਜੇ ਲੱਕੀ ਦਿਮਾਨ ਲੈ ਕੇ ਸੀਜ਼ਨ 1 ਐਪੀਸੋਡ 9 ਆਲੀ ਓਨ ਯਾਰਾਨਾ ਮਹਿਫਲ ਰੇਡੀਓ ਵੀਕਲੀ ਐਪੀਸੋਡਸ ਤਾਂ ਦੋਸਤੋ ਇਸ ਵਾਰ ਵੀ ਮੈਂ ਆਪਣੇ ਪਿੰਡ ਦੇ ਵਿੱਚ ਹੀ ਹਾਂ ਮੇਰੇ ਨਾਲ ਮੇਰੇ ਬਚਪਨ ਦੇ ਦੋਸਤ ਲਾ ਲਓ ਵੱਡੇ ਵੀਰ ਲਾ ਲਓ ਅਸੀਂ ਤਾਂ ਗੋਗੀ ਭਾਅ ਜੀ ਕਹਿੰਦੇ ਹਾਂ ਅਤੇ ਗੋਗੀ ਭਾਅ ਜੀ ਦੇ ਨਾਲ ਆ ਉਹਨਾਂ ਦਾ ਪੂਰਾ ਨਾਮ ਹੈ ਗੁਰਪ੍ਰੀਤ ਸਿੰਘ ਧਨੋਆ ਅਤੇ ਭਾਅ ਜੀ ਦੇ ਨਾਲ ਅੱਜ ਆਪਾਂ ਬੈਠੇ ਹਾਂ ਮੇਰੇ ਜਿਹੜੇ ਵੱਡੇ ਵੀਰ ਨੇ ਇਹ ਨਾ ਮਤਲਬ ਇਹਨਾਂ ਦਾ ਲੈਵਲ ਅਤੇ ਔਰਾ ਜਿਹੜਾ ਨਾ ਇੰਨਾ ਕੁ ਡਿਫਰੈਂਟ ਹੈ ਅਤੇ ਉਹਨਾਂ ਨਾਲ ਅੱਜ ਆਪਾਂ ਕਰਨੀਆਂ ਗੱਲਾਂ ਅਤੇ ਤੁਹਾਨੂੰ ਪਤਾ ਹੀ ਹੈ ਇਸ ਸ਼ੋਅ ਦਾ ਜਿਹੜਾ ਥੀਮ ਹੈ ਉਹ ਹੈ ਯਾਰਾਨਾ ਮਹਿਫਲ ਰੇਡੀਓ ਮਤਲਬ ਬੰਦਾ ਜੋ ਵੀ ਹੈ ਆਪਣੀ ਲਾਈਫ ਦੇ ਵਿੱਚ ਜਦੋਂ ਅਸੀਂ ਇੱਥੇ ਇਸ ਸਟੂਡੀਓ ਦੇ ਵਿੱਚ ਮਤਲਬ ਜਦੋਂ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ ਉਹ ਇੱਕ ਯਾਰਾਨਾ ਮਾਹੌਲ ਦੇ ਵਿੱਚ ਹੋਣਗੀਆਂ ਇੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਅਤੇ ਮੇਰੀ ਨਜ਼ਰ ਦੇ ਵਿੱਚ ਦੋਸਤੀ ਇੱਕ ਐਸਾ ਰਿਸ਼ਤਾ ਹੈ ਯਾਰਾਨਾ ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਕਿਸੇ ਵੀ ਏਜ ਲਿਮਿਟ ਤੋਂ ਬਾਹਰ ਹੈ ਛੋਟੇ ਵੱਡੇ ਉਹਦੇ ਵਿੱਚ ਸਭ ਬਰਾਬਰ ਨੇ ਅਤੇ ਸਾਰੇ ਖੁੱਲ੍ਹ ਕੇ ਗੱਲ ਕਰਦੇ ਨੇ ਮੈਂ ਉਮੀਦ ਕਰਦਾ ਕਿ ਅੱਜ ਦੇ ਜਿਹੜੇ ਐਪੀਸੋਡ ਦੇ ਵਿੱਚ ਕਈ ਐਸੇ ਸਵਾਲ ਜਿਹੜੇ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੇ ਨੇ ਅੱਜ ਉਹ ਗੱਲਾਂ ਖੁੱਲ੍ਹਣੀਆਂ ਨੇ ਅੱਜ ਉਹ ਗੱਲਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਲੈ ਕੇ ਆਈਏ ਅਤੇ ਉਹਨਾਂ ਦੇ ਜਵਾਬ ਤੁਹਾਨੂੰ ਮਿਲਣ ਕਿਉਂਕਿ ਸਾਡੇ ਭਾਅ ਜੀ ਨੇ ਜਿਹੜੇ ਉਹ ਸਟੱਡੀ ਲਾਈਨ ਨਾਲ ਜੁੜੇ ਹੋਏ ਨੇ ਪਿਛਲੇ 14-15 ਸਾਲਾਂ ਤੋਂ ਅਤੇ ਉਹਨਾਂ ਕੋਲ ਕੰਪੀਟੈਂਟ ਸਟੱਡੀਜ਼ ਤੋਂ ਲੈ ਕੇ ਉਹਨਾਂ ਕੋਲ ਸਕੂਲਸ ਦੇ ਬੱਚੇ ਇੰਨੇ ਕੁ ਮਤਲਬ ਉਹਨਾਂ ਨਾਲ ਜੁੜੇ ਹੋਏ ਨੇ ਜਿਹੜਾ ਇਹਨਾਂ ਕੋਲ ਆ ਗਿਆ ਉਹ ਮੁੜ ਕੇ ਕਿਤੇ ਜਾਂਦਾ ਹੀ ਹੈ ਨਹੀਂ ਸੋ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਹਾਂ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਗੁਰਪ੍ਰੀਤ ਭਾਅ ਜੀ ਸਾਡੇ ਗੋਗੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਵੀ ਵੈਲਕਮ ਹਾਂਜੀ ਦੱਸੋ ਭਾਅ ਜੀ ਇੰਨੀ ਜ਼ਿਆਦਾ ਸਿੰਪਲੀਸਿਟੀ ਹੈ ਇੰਨੀ ਗੱਲ ਕਹਿ ਕੇ ਕਹਿੰਦੇ ਜੀ ਦੱਸੋ ਤਾਂ ਮੈਂ ਪਹਿਲਾਂ ਇਹ ਕਹੂੰਗਾ ਕਿ ਤੁਸੀਂ ਦੱਸੋ ਆਪਣੇ ਬਾਰੇ ਥੋੜ੍ਹਾ ਜਿਹਾ ਵੇਰਵਾ ਦਿਉ ਜਿਹੜੇ ਸਾਡੇ ਲਿਸਨਰਸ ਨੇ ਮੋਸਟਲੀ ਮੈਂ ਸਕੂਲਸ ਦੇ ਨਾਲ ਜੁੜਿਆ ਹੋਇਆ ਤਾਂ ਜਿਹੜੇ ਸਕੂਲਾਂ ਦੇ ਟੀਚਰਸ ਨੇ ਅਤੇ ਪੇਰੈਂਟਸ ਨੇ ਮੇਰੇ ਨਾਲ ਉਹ ਜ਼ਿਆਦਾ ਬਹੁਤ ਜ਼ਿਆਦਾ ਜੁੜਦੇ ਨੇ ਅਤੇ ਉਹਨਾਂ ਦੇ ਵੀ ਕਈ ਸਵਾਲ ਨੇ ਆਪਾਂ ਉਹਨਾਂ ਬਾਰੇ ਗੱਲ ਕਰਨੀ ਆ ਪਹਿਲਾਂ ਉਹਨਾਂ ਨੂੰ ਵੀ ਪਤਾ ਹੋਵੇ ਕਿ ਅੱਜ ਅਸੀਂ ਕਿਹਦੇ ਨਾਲ ਗੱਲ ਕਰ ਰਹੇ ਹਾਂ ਉਹਨਾਂ ਦਾ ਲੈਵਲ ਕੀ ਹੈ ਲੈਵਲ ਆਫ ਸਟੱਡੀ ਕੀ ਹੈ ਉਹਨਾਂ ਦੀ ਉਹਨਾਂ ਨੂੰ ਅਸੀਂ ਕਿਸ ਹਿਸਾਬ ਨਾਲ ਜਾਣ ਸਕਦੇ ਹਾਂ ਭਾਅ ਜੀ ਆਪਣੇ ਬਾਰੇ ਥੋੜ੍ਹਾ ਇੰਟਰੋ ਦਿਉ ਸਰ ਨਿੱਕੇ ਵੀਰ
ਜਿਵੇਂ ਕਿ ਤੁਸੀਂ ਪਹਿਲਾਂ ਦੱਸੇ ਦਿੱਤਾ ਹੈ, ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਅਤੇ ਗੋਗੀ ਦੇ ਨਾਮ ਨਾਲ ਜ਼ਿਆਦਾਤਰ ਮੈਨੂੰ ਜਾਣਿਆ ਜਾਂਦਾ। ਅਤੇ ਮੈਂ ਡਬਲ ਪੋਸਟ ਗ੍ਰੈਜੂਏਟ ਅਤੇ ਤਕਰੀਬਨ 14-15 ਸਾਲ ਤੋਂ ਐਜੂਕੇਸ਼ਨ ਦੇ ਇੱਕ ਖਿੱਤੇ ਨਾਲ ਜੁੜੇ ਹੋਏ ਹਾਂ। ਜ਼ਿਆਦਾਤਰ ਟਿਊਸ਼ਨ ਵਰਕ ਹੀ ਕੀਤਾ ਅਤੇ ਇਸ ਤੋਂ ਇਲਾਵਾ ਇੱਕ ਦੋ ਕਾਲਜਸ ਦੇ ਵਿੱਚ ਵੀ ਕੁਝ ਦੇਰ ਵਾਸਤੇ ਸਟੱਡੀ ਕਰਵਾਈ ਹੈ। ਅਤੇ ਹੁਣ ਇਸ ਟਾਈਮ 'ਤੇ ਇਸ ਮੌਕੇ ਤੁਸੀਂ ਕੀ ਕਰਦੇ ਹੋ? ਸਰ ਇਸ ਵਕਤ ਜ਼ਿਆਦਾਤਰ ਤਾਂ ਮੈਂ ਕੰਪੀਟੀਟਿਵ ਐਗਜ਼ਾਮਸ ਦੀ ਜਿਹੜੀ ਤਿਆਰੀ ਉਹ ਕਰ ਰਿਹਾ ਅਤੇ ਦੇ ਰਿਹਾ, ਅਤੇ ਇਸ ਤੋਂ ਇਲਾਵਾ ਟਿਊਸ਼ਨ ਵਰਕ ਵਗੈਰਾ ਚੱਲ ਰਿਹਾ। ਤੁਸੀਂ ਆਪ ਵੀ ਟਰਾਈ ਕੀਤੀ ਹੈ ਕੰਪੀਟੀਟਿਵ ਐਗਜ਼ਾਮ? ਕੋਈ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਮੈਂ PPSC ਦੇ ਵਿੱਚ ਟਰਾਈ ਕਰ ਰਿਹਾ ਅਤੇ ਕੀਤੀ ਵੀ ਹੈ, ਅਤੇ ਕੁਛ ਹੱਦ ਤੱਕ ਕਾਮਯਾਬੀ ਮਿਲੀ ਵੀ ਹੈ ਅਤੇ ਅੱਗੇ ਉਮੀਦ ਆ ਹੋਰ। ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਜਿਹੜਾ ਹੈ ਇੱਕ ਕੰਪੀਟੀਸ਼ਨ ਅਲੱਗ ਲੈਵਲ ਦਾ ਚੱਲਦਾ ਪਿਆ ਕਿ ਜਿੱਥੇ ਨਾਚ ਆਉਣ ਵਾਲੇ ਵੀ ਆਪਾਂ ਕਹਿ ਸਕਦੇ ਹਾਂ ਕਿ ਵੀ ਉਹ ਮੁਕਾਮ ਹਾਸਲ ਕਰ ਜਾਂਦੇ ਨੇ ਕਿ ਜਿਹੜੇ ਡਿਜ਼ਰਵਿੰਗ ਉਹ ਰਹਿ ਜਾਂਦੇ ਨੇ? ਸਰ ਇਹਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ ਮੈਰਿਟ ਹੋ ਗਈ ਅਤੇ ਦੂਸਰਾ ਲੱਕ ਵਰਕ ਹੋ ਗਿਆ। ਹੋ ਸਕਦਾ ਹੈ ਨਾਲੋਂ ਨਾਲ ਚੱਲ ਰਹੀਆਂ ਨੇ ਪੈਰਲਲ, ਅਤੇ ਬਹੁਤ ਸਾਰੀਆਂ ਰੂਮਰਸ ਵੀ ਨੇ, ਬਹੁਤ ਸਾਰੀਆਂ ਸੱਚਾਈਆਂ ਵੀ ਨੇ ਇਹ ਚੀਜ਼ ਦੇ ਪਿੱਛੇ। ਜਦੋਂ ਬੰਦਾ ਜਿਸ ਲਾਈਨ ਦੇ ਵਿੱਚ ਆਉਂਦਾ ਉਹਨੂੰ ਉਸ ਟਾਈਮ ਫਿਰ ਉਹ ਚੀਜ਼ ਦਾ ਪਤਾ ਲੱਗਦਾ, ਅਤੇ ਬਹੁਤ ਕੁਛ ਮੈਂ ਐਕਸਪੀਰੀਅੰਸ ਕਰ ਰਿਹਾ, ਬਾਕੀ ਅੱਗੇ ਵਾਲੇ ਪਰਮਾਤਮਾ ਦੇ ਹੱਥ ਆ। ਤਾਂ ਦੋਸਤੋ ਤੁਸੀਂ ਜਾਣੇ ਲਿਆ ਕਿ ਮੇਰੇ ਵੱਡੇ ਵੀਰ ਕੀ ਨੇ, ਉਹ ਮਤਲਬ ਉਹਨਾਂ ਦਾ ਅਹੁਦਾ ਕੀ, ਉਹਨਾਂ ਦਾ ਰੁਤਬਾ ਕੀ ਹੈ, ਉਹਨਾਂ ਦਾ ਇਹ ਸਮਝ ਲਓ ਕਿ ਔਰਾ ਇਸ ਤਰ੍ਹਾਂ ਦਾ ਕਿ ਉਹ ਕਿਤੇ ਵੀ ਨਾ ਹੋ ਕੇ ਹਰ ਜਗ੍ਹਾ ਮੌਜੂਦ ਰਹਿਣ ਵਾਲਾ ਇਨਸਾਨ ਹੈ। ਇਹੀ ਨਹੀਂ ਕਿ ਟਿਊਸ਼ਨਸ ਦੇ ਰਹੇ ਨੇ ਜਾਂ ਕਲਾਸਿਸ ਦੇ ਰਹੇ ਨੇ, ਕੰਪੀਟੀਟਿਵ ਐਗਜ਼ਾਮਸ ਜਾਂ ਕੁਛ ਵੀ, ਨਾਲ ਔਰਗੈਨਿਕ ਖੇਤੀ ਵੀ ਕਰਦੇ ਨੇ, ਪਸ਼ੂ ਪਾਲਣ ਵੀ ਕਰਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਅੱਗੇ ਆਉਣਗੀਆਂ, ਪਰ ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਹੈ ਭਾਜੀ, ਸਟੱਡੀ ਲਾਈਨ ਦੇ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਕਈ ਜਗ੍ਹਾ ਨਾ ਮੇਰੇ ਕੋਲ ਟੀਚਰਸ ਦਾ ਵੀ ਇਹ ਕਹਿਣਾ ਆਉਂਦਾ, ਸਭ ਤੋਂ ਵੱਡਾ ਇੱਕ ਸਵਾਲ ਹੈ ਕਿ ਜਿਹੜੇ ਮੇਰੇ ਇੱਕ ਪਿਛਲੇ ਵੀਡੀਓ ਦੇ ਵਿੱਚ ਕਾਫੀ ਟਾਈਮ ਪਹਿਲਾਂ ਯਾਰਾਨਾ ਮਹਿਫਿਲ ਰੇਡੀਓ ਆਉਣ ਤੋਂ ਪਹਿਲਾਂ ਨਾ ਭਾਜੀ ਮੈਂ ਇੱਕ ਵੀਡੀਓ ਪਾਈ ਸੀਗੀ, ਜਿਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਟੀਚਰਸ ਦੇ ਨਾਲ ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹਨੂੰ ਲੈ ਕੇ ਸੀਗਾ ਪਾਇਆ ਹੋਇਆ, ਅਤੇ ਉਸੇ ਵਿਸ਼ੇ ਦੇ ਉੱਤੇ ਮੇਰੇ ਕੋਲ ਇੱਕ ਸਵਾਲ ਆਇਆ ਸੀ, ਉਹਦੇ ਬਾਰੇ ਗੱਲ ਕਰਨਾ ਚਾਹੂੰਗਾ। ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਸਟੂਡੈਂਟ ਅਤੇ ਟੀਚਰ ਦਾ ਰਿਲੇਸ਼ਨ ਅੱਜ ਦੇ ਟਾਈਮ 'ਚ ਕਿੱਦਾਂ ਦਾ, ਕਿੱਦਾਂ ਦਾ ਹੋਣਾ ਚਾਹੀਦਾ ਸੀ ਅਤੇ ਪਹਿਲਾਂ ਕਿੱਦਾਂ ਦਾ ਸੀ? ਸਰ ਪਹਿਲਾਂ ਨਾਲੋਂ ਤਾਂ ਕਾਫੀ ਜ਼ਿਆਦਾ ਕੁਛ ਬਦਲ ਗਿਆ, ਪਰ ਅੱਜ ਵੀ ਸਟੂਡੈਂਟ ਸਟੂਡੈਂਟ ਆ, ਟੀਚਰ ਟੀਚਰ ਆ, ਅਤੇ ਇਹ ਤਾਂ ਹੁਣ ਆਪਣੇ ਹੱਥ ਦੇ ਉੱਤੇ ਰੱਖਣ ਦੇ ਆ। ਮੇਰੇ ਖਿਆਲ 'ਚ ਜ਼ਿਆਦਾਤਰ ਪਹਿਲ ਟੀਚਰ ਵੱਲੋਂ ਹੀ ਹੁੰਦੀ ਆ ਕਿ ਜਿਸ ਤਰ੍ਹਾਂ ਦਾ ਉਹ ਬੱਚਿਆਂ ਦੇ ਨਾਲ ਬਿਹੇਵ ਕਰੇਗਾ ਉਸ ਤਰ੍ਹਾਂ ਦਾ ਹੀ ਉਹ ਵਾਪਸ ਬਿਹੇਵ ਪਾਵੇਗਾ। ਵੈਸੇ ਹੁਣ ਬਦਲਦੇ ਸਿਨੈਰੀਓ ਦੇ ਵਿੱਚ ਕਾਫੀ ਕੁਛ ਬਦਲਿਆ ਪਹਿਲਾਂ ਨਾਲੋਂ, ਮਤਲਬ ਇੱਕ ਤਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਆਗਿਆਕਾਰਤਾ ਸੀ ਉਹਦੇ ਵਿੱਚ ਕਾਫੀ ਡਿਕਲਾਈਨ ਆਇਆ, ਪਤਨ ਆਇਆ, ਅਤੇ ਬਟ ਓਵਰਆਲ ਮੈਨੂੰ ਨਹੀਂ ਲੱਗਦਾ ਕਿ ਕੋਈ ਬੇਸਿਕ ਫੰਡਾਮੈਂਟਲ ਕੋਈ ਚੇਂਜ ਆਈ ਆ ਪਹਿਲਾਂ ਦੀ ਤਰ੍ਹਾਂ ਹੀ ਆ, ਅਤੇ ਬਸ ਇੱਕ ਸਿਰਫ ਬਦਲਦੇ ਮਾਹੌਲ ਦੇ ਮੁਤਾਬਕ ਥੋੜ੍ਹਾ ਜਿਹਾ ਪਰਸ਼ੇਪ ਉਹਦਾ ਚੀਜ਼ ਦਾ ਜਿਹੜਾ ਬਦਲ ਗਿਆ ਹੈ। ਤੁਹਾਡੇ ਕਹਿਣ ਦੇ ਮੁਤਾਬਕ ਹੈ ਕਿ ਵੀ ਜ਼ਿਆਦਾ ਚੇਂਜ ਨਹੀਂ ਆਇਆ, ਲੇਕਿਨ ਕਿਤੇ ਨਾ ਕਿਤੇ ਗਵਰਨਮੈਂਟ ਨੇ, ਈਵਨ ਹੁਣ ਤੁਸੀਂ ਮਤਲਬ ਫਰੀਲੀ ਤੁਸੀਂ ਕਲਾਸਿਸ ਵਗੈਰਾ ਦਿੰਦੇ ਹੋ, ਲੇਕਿਨ ਗਵਰਨਮੈਂਟ ਦੇ ਰੂਲਸ ਬਹੁਤ ਜ਼ਿਆਦਾ ਸਖਤ ਹੋ ਚੁੱਕੇ ਨੇ, ਇੰਨੇ ਜ਼ਿਆਦਾ ਕਿ ਟੀਚਰ ਦੇ ਹੱਥ ਕੀ ਪੈਰ ਵੀ ਬੰਨੇ ਹੋਏ ਨੇ, ਉਹਨਾਂ ਦੀ ਜ਼ੁਬਾਨ ਵੀ ਬੰਨੀ ਹੋਈ ਹੈ। ਟੀਚਰ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਜਬੂਰ ਮਹਿਸੂਸ ਕਰਦਾ ਜੇ ਉਹ ਕਿਸੇ ਸਟੂਡੈਂਟ ਦੇ ਉੱਤੇ ਮਿਹਨਤ ਵੀ ਕਰਦਾ ਹੈ, ਤਾਂ ਅੱਗੋਂ ਆਊਟਪੁੱਟ ਤਾਂ ਕੀ ਆਣੀ ਹੈ। ਕਈ ਵਾਰੀ ਅਗਰ ਉਹ ਮਨੋ ਝਿੜਕ ਕੇ ਰੋਕਦਾ ਵੀ ਹੈ, ਤਾਂ ਅੱਜ ਕੱਲ੍ਹ ਪੇਰੈਂਟਸ ਜਿਹੜੇ ਨੇ ਉਹ ਇੱਦਾਂ ਦਾ ਬਿਹੇਵੀਅਰ ਕਰਦੇ ਨੇ ਕਿ ਟੀਚਰ ਇਹ ਸੋਚਦਾ ਕਿ ਚੁੱਲ੍ਹੂ ਪਰ ਪਾਣੀ ਹੋਵੇ ਤਾਂ ਮੈਂ ਡੁੱਬ ਮਰਾਂ। ਹਾਂਜੀ ਸਰ, ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਕਿ ਗਵਰਨਮੈਂਟ ਤਾਂ ਇੱਕ ਪਾਸੇ ਰਹਿ ਗਈ, ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਦੇ ਵਿੱਚ ਵੀ ਟੀਚਰ ਜਿਹੜਾ ਹੈ ਉਹ ਬਹੁਤ ਬੁਰੀ ਤਰ੍ਹਾਂ ਆਪਣੇ ਆਪ ਨੂੰ ਐਕਸਪਲੋਇਟਡ ਮਹਿਸੂਸ ਕਰ ਰਿਹਾ। ਉਹਦੇ ਪਿੱਛੇ ਕਾਫੀ ਜਿਵੇਂ ਤੁਸੀਂ ਦੱਸਿਆ ਸੱਚਾਈ ਵੀ ਹੈ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਟੀਚਰ ਉਹੀ ਜਗ੍ਹਾ 'ਤੇ ਖੜ੍ਹਾ ਹੈ, ਪਰ ਜਿਹੜੇ ਸਟੂਡੈਂਟ ਨੇ ਅਤੇ ਜਾਂ ਆਪਣੇ ਕਹਿ ਸਕਦੇ ਕਮਿਊਨੀਕੇਸ਼ਨ ਦੇ ਜਾਂ ਸੰਚਾਰ ਦੇ ਸਾਧਨ ਨੇ ਉਹ ਕਾਫੀ ਜ਼ਿਆਦਾ ਅੱਗੇ ਵੱਧ ਚੁੱਕੇ ਨੇ। ਪੇਰੈਂਟਸ ਨੇ ਜਿਹੜੇ ਉਹ ਵੀ ਮਜਬੂਰ ਨੇ, ਬੱਚਾ ਜਿਹੜਾ ਹੈ ਜਿਸ ਤਰ੍ਹਾਂ ਉਹਨਾਂ ਨੂੰ ਕਹਿੰਦਾ ਹੈ ਕੰਪੈਲ ਕਰਦਾ ਹੈ, ਕਿਉਂਕਿ ਮੋਸਟਲੀ ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਦੇ ਇੱਕ ਹੀ ਬੱਚਾ, ਸਿੰਗਲ ਚਾਇਲਡ ਹੋਣ ਦੇ ਨਾਤੇ ਉਹਨਾਂ ਨੂੰ ਉਹਦੀ ਹਰ ਗੱਲ ਜਾਇਜ਼ ਜਾਂ ਨਜਾਇਜ਼ ਹੀ ਮੰਨਣੀ ਪੈਂਦੀ ਆ। ਕਈ ਵਾਰ ਮਾਂ ਬਾਪ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ, ਪਰ ਬੱਚੇ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਉਹ ਟੀਚਰ ਦੇ ਨਾਲ ਉਹਨਾਂ ਨੂੰ ਲੜਨਾ ਤਾਂ ਕੋਈ ਪੈਂਦਾ ਹੈ, ਅਤੇ ਇੱਕ ਤਾਂ ਇਹ ਕਾਰਨ ਹੈ। ਦੂਸਰਾ ਜੋ ਗਵਰਨਮੈਂਟ ਹੈ ਉਸ ਦੇ ਉੱਤੇ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਕਿ ਉਹ ਇਸ ਲੈਵਲ ਨੂੰ ਬਹੁਤ ਉੱਪਰ ਚੱਕੇ, ਕਿਉਂਕਿ ਹੈਲਥ ਐਂਡ ਐਜੂਕੇਸ਼ਨ ਪ੍ਰਾਇਮਰੀ ਇਸ਼ੂਜ਼ ਨੇ ਜਿਹੜੇ ਕਿ ਅੱਜ ਗਵਰਨਮੈਂਟ ਦੇ ਮੇਨ ਮੰਨੇ ਜਾ ਰਹੇ ਨੇ, ਵੀ ਇਹਨਾਂ 'ਤੇ ਵਰਕ ਹੋਣ ਦੀ ਲੋੜ ਹੈ। ਖਾਸ ਤੌਰ 'ਤੇ ਪੰਜਾਬ ਵਰਗੇ ਜਾਂ ਉੱਤਰ ਭਾਰਤ ਦੇ ਵਿੱਚ, ਦਿੱਲੀ ਨੂੰ ਛੱਡ ਕੇ ਸਾਰੇ ਹੀ ਸਥਾਨਾਂ 'ਤੇ ਇਹ ਚੀਜ਼ ਹੈ। ਤਾਂ ਕੁੱਲ ਮਿਲਾ ਕੇ ਜਿਹੜਾ ਹੈ
ਮਾਪੇ ਵੀ ਜਿਹੜੇ ਨੇ ਇੱਕ ਤਰ੍ਹਾਂ ਦਾ ਚਾਬੀ ਦਾ ਤੇ ਖੜਾਉਣ ਦੀ ਤਰ੍ਹਾਂ ਬੱਚੇ ਦੇ ਉਹ 'ਤੇ ਚੱਲਦੇ ਨੇ ਅਤੇ ਟੀਚਰ ਵੀ ਅਤੇ ਟੀਚਰ ਜਿਹੜੇ ਗਵਰਨਮੈਂਟ ਜਾਂ ਫਿਰ ਆਪਣੇ ਜੋ ਓਨਰਸ ਨੇ ਉਹਨਾਂ ਦੇ ਮੁਤਾਬਕ ਚੱਲਦੇ ਨੇ ਤਾਂ ਇਹ ਇਸ ਕਰਕੇ ਵਾਪਰ ਰਿਹਾ। ਠੀਕ ਹੈ, ਤੁਹਾਡੇ ਕਹਿਣ ਦਾ ਜਿਹੜਾ ਪੱਖ ਹੈ ਉਹ ਮੈਂ ਸਮਝ ਗਿਆ। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾਉਂਦਾ। ਮੇਰੇ ਨਾਲ ਇੱਕ ਕਿਸੇ ਸਕੂਲ ਦੇ ਟੀਚਰ ਨੇ ਗੱਲ ਕੀਤੀ ਕਿ ਉਹ ਨਾ ਸਕੂਲ ਦੀ ਵੈਨ ਦੇ ਵਿੱਚ ਇੱਕ ਗਰਲ ਸੀ, ਉਹ ਨਾ ਮਤਲਬ ਲੜ ਰਹੀ ਸੀ। ਹਾਂਜੀ, ਅਤੇ ਉਸਨੇ ਟੀਚਰ ਨੇ ਕੀ ਕੀਤਾ ਕਿ ਉਹਨੂੰ ਰੋਕਿਆ, ਡਾਂਟਿਆ ਕਿ ਬੇਟਾ ਤੁਸੀਂ ਇਹ ਚੀਜ਼ ਨਾ ਕਰੋ, ਇਟ ਡਜ਼ਨਟ ਲੁੱਕ ਨਾਈਸ ਔਰ ਇਹ ਗਲਤ ਕਰ ਰਿਹਾ। ਅਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਸ਼ਾਮ ਪੈਂਦੀ ਹੈ, ਅਗਲੇ ਦਿਨ ਤੱਕ ਉਸ ਟੀਚਰ ਨੂੰ ਉਹ ਪੇਰੈਂਟ ਦੇ ਨਾ ਮਦਰ ਦਾ ਫੋਨ ਆਉਂਦਾ ਔਰ ਧਮਕੀ ਇਸ ਟਾਈਪ ਨਾਲ ਵੀ ਤੈਨੂੰ ਤਾਂ ਮੈਂ ਚੁਕਾ ਦੂੰ ਯੇ ਵੋ ਇਸ ਤਰ੍ਹਾਂ ਨਾਲ। ਔਰ ਗਲਤੀ ਇਹ ਰਹੀ ਕਿ ਮੈਂ ਆਡੀਓ ਵੀ ਸੁਣਾ ਦਿੰਦਾ, ਉਹਨਾਂ ਨੇ ਗਲਤੀ ਇਹ ਰਹੀ ਕਿ ਉਹ ਟੀਚਰ ਤੋਂ ਰਿਕਾਰਡਿੰਗ ਕਰਨਾ ਭੁੱਲ ਗਏ ਉਹ। ਅੱਛਾ ਜੀ, ਅਤੇ ਇਸੇ ਕਰਕੇ ਉਹਨਾਂ ਨੇ ਕਿਹਾ, ਕਹਿੰਦੇ ਸਰ ਵੀ ਪਲੀਜ਼ ਆਹ ਜਿਹੜਾ ਮੈਟਰ ਜਿਹੜਾ ਹੈਗਾ ਨਾ ਇਹ ਜ਼ਰੂਰ, ਕਿਉਂਕਿ ਭਾਵੇਂ ਉਹਨਾਂ ਨੇ ਅਪੋਲੋਜੀ ਕਰ ਲਈ ਆ ਕੇ ਸਕੂਲ ਦੇ ਵਿੱਚ ਕਿ ਹਾਂਜੀ ਸਾਡੇ ਤੋਂ ਗਲਤੀ ਹੋਈ ਕੁਛ ਵੀ, ਲੇਕਿਨ ਜਿਹੜਾ ਉਹ ਬਾਅਦ ਦੇ ਵਿੱਚ ਉਹ ਬੱਚੇ ਉੱਤੇ ਉਹ ਟੀਚਰ ਦਾ ਕਹਿਣਾ, ਕਹਿੰਦੇ ਬੱਚੇ ਨੂੰ ਤਾਂ ਹੌਸਲਾ ਹੋ ਗਿਆ ਨਾ ਕਿ ਹਾਂ ਟੀਚਰ ਨੂੰ ਬੋਲਦਾ ਔਰ ਮੇਰੇ ਨਾਲ ਕੁਛ ਨਹੀਂ ਹੋਇਆ, ਮੈਂ ਉਵੇਂ ਠੀਕ ਹੈ, ਔਰ ਉਹ ਹੋਰ ਵੀ ਜ਼ਿਆਦਾ ਵਾਈਡ ਤਰੀਕੇ ਨਾਲ ਉਹ ਟੀਚਰ ਦੇ ਨਾਲ ਪੇਸ਼ ਆ ਸਕਦੀ ਹੈ ਜਾਂ ਆ ਰਹੀ ਹੋਣੀ ਹੈ। ਹੁਣ ਇਸ ਵੇਲੇ ਦਾ ਮੈਨੂੰ ਪਤਾ ਨਹੀਂ ਆ, ਪਰ ਇੱਕ ਤਰ੍ਹਾਂ ਨਾਲ ਉਹ ਬੱਚੇ ਨੂੰ ਉਸ ਦੇ ਨਾਲ ਢਿੱਲ ਮਹਿਸੂਸ ਹੋਈ ਹੈ ਮੇਰੀ ਨਜ਼ਰ ਦੇ ਵਿੱਚ, ਅਤੇ ਉਹ ਅੱਗੇ ਨੂੰ ਹੋ ਸਕਦਾ ਕਿ ਹੋਰ ਵੀ ਜ਼ਿਆਦਾ ਵਾਇਲੈਂਟ ਹੋ ਕੇ ਇਸ ਚੀਜ਼ ਨੂੰ ਲੈ ਕੇ ਆਉਣ ਜਾਂ ਕਿਵੇਂ। ਹੁਣ ਮੌਕਾ ਤਾਂ ਸੰਭਾਲਿਆ ਗਿਆ, ਪਰ ਟੀਚਰ ਆਪਣੇ ਆਪ ਨੂੰ ਇਨਸਲਟਡ ਫੀਲ ਕਰ ਰਿਹਾ ਔਰ ਉਹਦੇ ਨਜ਼ਰ ਦੇ ਵਿੱਚ ਇਹ ਹੈ ਕਿ ਭਾਵੇਂ ਅਪੋਲੋਜੀ ਲੈਟਰ ਮਿਲ ਗਿਆ ਲੇਕਿਨ ਉਹਨੂੰ ਇਨਸਾਫ ਨਹੀਂ ਮਿਲਿਆ। ਸਰ ਹਾਂਜੀ ਬਿਲਕੁਲ, ਇਹ ਹੈ ਕਿਉਂਕਿ ਅੱਜ ਦਾ ਜ਼ਮਾਨਾ ਜੋ ਹੈ ਜਿਹੜਾ ਆਪਾਂ ਨਾ ਤਾਂ ਪੂਰੀ ਤਰ੍ਹਾਂ ਮਾਡਰਨ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਇਨਸ਼ੈਂਟ ਰਹਿ ਚੁੱਕਿਆ। ਅਸੀਂ ਰੀਸ ਕਰਦੇ ਹਾਂ ਵੈਸਟਰਨ ਵਰਲਡ ਦੀ, ਜਿਹਦੇ ਵਿੱਚ ਟੀਚਰ ਆ ਜਿਹੜਾ ਉਸਨੂੰ ਉਸਦਾ ਨਾਮ ਲੈ ਕੇ ਵੀ ਪੁਕਾਰਿਆ ਜਾਂਦਾ, ਪਰ ਅਸੀਂ ਨਾ ਤਾਂ ਉਨੇ ਹਜੇ ਪ੍ਰਫੁੱਲਤ ਹੋਏ ਹਾਂ ਕਿ ਵੀ ਇਸ ਲੈਵਲ ਤੱਕ ਉਹ ਕਰ ਸਕੀਏ, ਅਤੇ ਨਾ ਹੀ ਇੰਨੇ ਮਗਰ ਰਹੇ ਹਾਂ ਕਿ ਮਤਲਬ ਕਿ ਵੀ ਜੋ ਪਹਿਲਾਂ ਵਾਲੇ ਭਾਰਤ ਦੇ ਵਿੱਚ ਸੀ ਵੀ ਟੀਚਰ ਨੂੰ ਇੱਕ ਗੁਰੂ ਦਾ ਰੁਤਬਾ ਦਿੱਤਾ ਜਾਂਦਾ ਸੀ। ਇਸ ਕਰਕੇ ਬੱਚੇ ਨੂੰ ਹੁਣ ਖੁਦ ਨਹੀਂ ਪਤਾ ਹੈਗਾ ਕਿ ਉਹ ਆਪਣੇ ਟੀਚਰ ਨਾਲ ਕਿਸ ਤਰ੍ਹਾਂ ਪੇਸ਼ ਆਵੇ, ਪਹਿਲੀ ਗੱਲ ਤਾਂ ਇਹ। ਦੂਸਰੀ, ਜੋ ਤੁਸੀਂ ਨੇ ਵਾਕਿਆ ਸੁਣਾਇਆ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਥੋੜ੍ਹਾ ਜਿਹਾ ਇਨਡਿਸਿਪਲਿਨ ਇਹ ਬੱਚੇ ਵਿੱਚ ਕਦੋਂ ਪਨਪਦਾ, ਜਦੋਂ ਉਸਦੀ ਜਿਹੜੀ ਪਰਵਰਿਸ਼ ਆ ਉਹ ਸਹੀ ਤਰੀਕੇ ਨਾਲ ਨਹੀਂ ਹੁੰਦੀ ਹੈਗੀ। ਉਸਨੂੰ ਇਹ ਪਹਿਲਾਂ ਤੋਂ ਸਿਖਾਇਆ ਹੀ ਨਹੀਂ ਜਾਂਦਾ ਕਿ ਟੀਚਰ ਦਾ ਕੀ ਰੋਲ ਆ ਅਤੇ ਇਹ ਹੈ ਕੌਣ ਆ। ਉਹਨੂੰ ਬਿਲਕੁਲ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੱਕ ਸਬਜ਼ੀ ਵੇਚਣ ਵਾਲੇ ਨਾਲ ਉਹ ਕੋਈ ਪੇਸ਼ ਆ ਰਿਹਾ ਹੋਵੇ, ਤਾਂ ਉਸਨੂੰ ਇਹ ਚੀਜ਼ ਦਾ ਫਰਕ ਨਹੀਂ ਮਹਿਸੂਸ ਹੁੰਦਾ ਹੈਗਾ। ਇਸ ਕਰਕੇ ਬੱਚੇ ਇਸ ਤਰ੍ਹਾਂ ਦੇ ਬਚਕਾਨਾ ਹਰਕਤਾਂ ਕਰਦੇ ਨੇ। ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਜੇ ਆਪਾਂ ਤਿੰਨਾਂ ਨੂੰ ਦੇਖੀਏ, ਟੀਚਰ, ਸਟੂਡੈਂਟ ਜਾਂ ਫਿਰ ਉਹਦੇ ਪੇਰੈਂਟਸ, ਤਾਂ ਪੇਰੈਂਟਸ ਦੀ ਮੰਨੀ ਜਾਊਗੀ ਵੀ ਜਿਹੜੇ ਉਹ ਇਸ ਤਰ੍ਹਾਂ ਆਪਣੇ ਬੱਚੇ ਨੂੰ ਖੂਹ 'ਚ ਇਸ ਤਰ੍ਹਾਂ ਦਲ ਦਲ ਦੇ ਵਿੱਚ ਧੱਕਦੇ ਨੇ, ਅਤੇ ਉਹਨਾਂ ਨੂੰ ਚਾਹੀਦਾ ਇਹ ਹੈ ਕਿ ਵੀ ਉਹ ਆਪਣੇ ਬੱਚੇ ਨੂੰ ਜੇ ਮੈਨਰਸ ਨਹੀਂ ਸਿਖਾਏ ਤਾਂ ਹੁਣ ਸਿਖਾ ਦੇਣ, ਟੀਚਰ ਨਾਲ ਮਿਲ ਕੇ ਇੱਕ ਜੁਆਇੰਟ ਵੈਂਚਰ ਕਰਨ, ਅਤੇ ਆਪਣੇ ਬੱਚੇ ਨੂੰ ਹੁਣ ਵੀ ਸਿਖਾਇਆ ਜਾ ਸਕਦਾ ਜੇ ਉਹਨੇ ਪਹਿਲਾਂ ਨਹੀਂ ਸਿਖਾਏ। ਤਾਂ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਜ਼ਿਆਦਾਤਰ ਗਲਤੀ ਉਹਨਾਂ ਦੇ ਮਾਂ ਬਾਪ ਦੀ ਮੰਨੀ ਜਾਵੇਗੀ। ਤਾਂ ਤੁਹਾਡੇ ਪੁਆਇੰਟ ਆਫ ਵਿਊ ਨਾਲ ਵੀ ਹਾਂ, ਅਗਰ ਮੈਂ ਕਹਾਂ ਤਾਂ ਮੇਰੀ ਨਜ਼ਰ ਦੇ ਵਿੱਚ ਵੀ ਪੇਰੈਂਟਸ ਹੀ ਗਲਤੀ ਹੈ, ਕਿਉਂਕਿ ਉਹਨਾਂ ਨੇ ਜੇ ਅਗਰ ਹੁਣ ਜੇ ਅਸੀਂ ਆਪਣੇ ਬੱਚੇ ਨੂੰ ਹੁਣ ਤੋਂ ਹੀ ਦੱਸਾਂਗੇ ਕਿ ਇਹ ਗੁਰੂ ਹੁੰਦਾ, ਇਹਨਾਂ ਦੀ ਰਿਸਪੈਕਟ ਹੁੰਦੀ ਹੈ ਜਿਵੇਂ ਤੁਸੀਂ ਸਾਡੀ ਰਿਸਪੈਕਟ ਕਰਦੇ ਹੋ, ਉਵੇਂ ਗੁਰੂ ਦੀ ਰਿਸਪੈਕਟ ਕਰਨੀ ਹੈ, ਤੁਹਾਨੂੰ ਅੱਗੇ ਵਧਾਉਣ ਦੇ ਵਿੱਚ, ਪੜ੍ਹਾਉਣ ਦੇ ਵਿੱਚ ਇਹਨਾਂ ਦਾ ਹੱਥ ਹੁੰਦਾ, ਤਾਂ ਪੇਰੈਂਟਸ ਦੀ ਇਹ ਗੱਲ ਸੁਣ ਕੇ ਬੱਚਾ ਉੱਦਾਂ ਹੀ ਰਿਐਕਟ ਕਰਦਾ। ਜੇ ਉਹਨਾਂ ਨੂੰ ਕਹੋਗਾ ਬੇਟਾ ਕੋਈ ਗੱਲ ਨਹੀਂ ਤੂੰ ਪੜ੍ਹ ਤੈਨੂੰ ਕੌਣ ਹੱਥ ਲਾ ਲੂਗਾ, ਤਾਂ ਉੱਥੇ ਫਿਰ ਵਿਗੜਦਾ ਹੀ ਹੈ ਕੰਮ, ਅਤੇ ਕੱਲ੍ਹ ਨੂੰ ਉਹ ਜਿਹੜਾ ਹੱਥ ਕਿਸੇ ਹੋਰ 'ਤੇ ਚੱਲ ਰਿਹਾ ਉਹ ਕੱਲ੍ਹ ਨੂੰ ਪੇਰੈਂਟਸ ਦੇ ਖੁਦ 'ਤੇ ਵੀ ਚੱਲ ਸਕਦਾ। ਹਾਂਜੀ ਬਿਲਕੁਲ ਹੈ, ਅਤੇ ਹੋਵੇਗਾ ਵੀ ਇੱਦਾਂ ਹੀ, ਅਤੇ ਹੁੰਦਾ ਵੀ ਹੈ, ਅਤੇ ਆਪਾਂ ਦੇਖ ਵੀ ਰਹੇ ਹਾਂ। ਇਹ ਆਮ ਤੌਰ 'ਤੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਚੀਜ਼ਾਂ, ਜਦਕਿ ਬਹੁਤ ਮੰਦਭਾਗੀ ਘਟਨਾ ਦੇ ਬਰਾਬਰ ਹੈ। ਹੁਣ ਜਿਹੜਾ ਸਿਨੈਰੀਓ ਜਿਹੜਾ ਇੱਕ ਹੋਰ ਹੋ ਜਾਂਦਾ ਕਿ ਮੇਰੇ ਨਾਲ ਵੀ ਇੱਕ ਛੋਟਾ ਜਿਹਾ ਸੀਨ ਹੋਇਆ, ਬੱਚੇ ਬਹੁਤ ਜ਼ਿਆਦਾ ਸ਼ੋਰ ਕਰ ਰਹੇ ਸੀ ਅਤੇ ਮੈਂ ਕਲਾਸ ਜਿਹੜੀ ਸੀ ਉਹ ਲੈ ਰਹੇ, ਤਾਂ ਮੈਂ ਉੱਥੇ ਝਿੜਕਿਆ ਵੀ ਔਰ ਈਵਨ ਐਂ ਸਮਝ ਲਓ ਕਿ ਵੀ ਠਾਲ ਕੇ ਹੋਰਾਂ ਪਰਾਂ ਕੀਤੇ ਬੱਚੇ, ਅਤੇ ਇੰਨੇ ਦੇ ਵਿੱਚ ਕੀ ਹੈ ਕਿ ਇੱਕ ਇਸ਼ੂ ਕ੍ਰੀਏਟ ਹੋ ਜਾਂਦਾ ਹੈ ਕਿ ਸਰ ਨੇ ਤਾਂ ਬਹੁਤ ਜੀ ਕੁੱਟਿਆ ਬੱਚੇ ਨੂੰ। ਉਸ ਤੋਂ ਬਾਅਦ ਜੀ ਆਪਾਂ ਨੇ ਹੱਥ ਖੜੇ ਕਰਤੇ, ਆਪਾਂ ਨੇ ਹੱਥ ਲਾਉਣਾ ਹੀ ਬੰਦ ਕਰਤਾ। ਹੁਣ ਇਹਦੇ ਵਿੱਚ ਦੇਖੋ, ਹੁਣ ਇੱਥੇ ਫੀਲ ਕੀ ਆਉਂਦਾ, ਇੱਥੇ ਨਿਕਲਦੀ ਆ ਦੂਸਰੀ ਗੱਲ ਕਿ ਜਦੋਂ ਬੱਚੇ ਨੂੰ ਸੁਧਾਰਨ ਲਈ ਤੁਹਾਡਾ ਝਿੜਕਣਾ ਡਾਂਟਣਾ ਜਿਹੜਾ ਹੈ, ਜਦੋਂ ਉਹ ਇੱਕ ਅਟੈਂਪਟ ਟੂ ਮਰਡਰ ਲਾਈਕ ਦਿਖਣ ਲੱਗ ਜਾਵੇ ਲੋਕਾਂ ਨੂੰ, ਤਾਂ ਉੱਥੇ ਟੀਚਰ ਕੀ ਕਰੂਗਾ, ਯਾਰ ਮੈਂ ਕੀ ਲੈਣਾ। ਸਰ ਇੱਕ ਇੰਗਲਿਸ਼ ਦੀ ਮਿਲਦੀ ਜੁਲਦੀ ਤੁਹਾਡੇ ਨਾਲ ਇੱਕ ਕਹਾਣੀ ਆ, ਉਹਦੇ ਵਿੱਚ ਦ ਡੈਥ ਆਫ ਅ ਹੀਰੋ,
ਉਹਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਸਕੂਲ ਦੇ ਵਿੱਚ ਇੱਕ ਪ੍ਰਾਈਵੇਟ ਟੀਚਰ ਹੁੰਦਾ ਅਤੇ ਉਹ ਇਸ ਤਰ੍ਹਾਂ ਹੀ ਆਪਣਾ ਜੋ ਬੱਚੇ ਗਲਤੀ ਕਰਦੇ ਨੇ ਅਤੇ ਉਹ ਉਹਨਾਂ ਨੂੰ ਘੂਰ ਦਿੰਦਾ ਅਤੇ ਉਹ ਸਾਰਾ ਰੈਸਟੀਗੇਟ ਕਰਨ ਤੱਕ ਦੀ ਗੱਲ ਕਰਦਾ। ਅਗਲੇ ਦਿਨ ਉਹਦੇ ਪੇਰੈਂਟਸ ਆ ਜਾਂਦੇ ਨੇ ਬੱਚਿਆਂ ਦੇ ਅਤੇ ਉਹ ਆਪਣਾ ਪ੍ਰਿੰਸੀਪਲ ਦੇ ਨਾਲ ਮੈਨੇਜਮੈਂਟ ਦੇ ਨਾਲ ਉੱਪਰ ਜਾ ਕੇ ਇੱਕ ਬੜਾ ਪ੍ਰੈਸ਼ਰ ਬਿਲਡਅਪ ਕਰ ਲੈਂਦੇ ਨੇ, ਜਿਸ ਦੇ ਰਿਜ਼ਲਟ ਦੇ ਵਜੋਂ ਉਹ ਟੀਚਰ ਨੂੰ ਜਿਹੜਾ ਹੈ ਬਹੁਤ ਡਾਂਟ ਪੈਂਦੀ ਹੈ ਅਤੇ ਉਸ ਨੂੰ ਪ੍ਰਿੰਸੀਪਲ ਦੇ ਰੂਪ ਦੇ ਵਿੱਚੋਂ ਹਟਾ ਕੇ ਡਿਮੋਸ਼ਨ ਕਰ ਦਿੱਤੀ ਜਾਂਦੀ ਹੈ, ਨੀਚੇ ਕਾਮ ਟੀਚਰ ਬਣਾ ਦਿੱਤਾ ਜਾਂਦਾ। ਤਾਂ ਉਸ ਦੇ ਅੰਦਰ ਇੱਕ ਇਸ ਤਰ੍ਹਾਂ ਮੰਨ ਲਓ ਕਿ ਉਹ ਵੀ ਮਨੋਬਲ ਟੁੱਟ ਜਾਂਦਾ ਵੀ ਇੱਕ ਜਿਵੇਂ ਹੀਰੋ ਮਰ ਗਿਆ ਹੋਵੇ ਉਸ ਦੇ ਅੰਦਰ ਦਾ। ਅਤੇ ਟੀਚਰ ਨਾਲ ਅੱਜ ਦੇ ਜੋ ਭਾਰਤੀ ਬਾਤਾਂ ਨਹੀਂ ਮੈਨੂੰ ਪਤਾ, ਪਰ ਜੋ ਭਾਰਤੀ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਹੀ ਕੁਛ ਵਾਪਰ ਰਿਹਾ, ਉਹ ਅੰਦਰੋਂ ਟੁੱਟ ਰਿਹਾ। ਕਿਉਂਕਿ ਮੈਨੇਜਮੈਂਟ ਨੂੰ ਸਰ, ਕਿਉਂਕਿ ਜਿਹੜੇ ਅਦਾਰੇ ਨੇ ਸਕੂਲੀ ਅਦਾਰੇ, ਜੇ ਆਪਾਂ ਅਰਥਕਥਨੀ ਨਾ ਕਹੀਏ ਤਾਂ ਇੱਕ ਬਿਜ਼ਨਸ ਦਾ ਰੂਪ ਧਾਰਨ ਕਰ ਗਏ ਨੇ। ਇਹ ਇੱਕ ਤਰ੍ਹਾਂ ਦਾ ਫੈਕਟਰੀ ਦੇ ਵਿੱਚ ਆਪਾਂ ਜਿਵੇਂ ਕੋਈ ਸਮਾਨ ਪੈਦਾ ਕਰਦੇ ਹਾਂ ਉਸ ਤਰ੍ਹਾਂ ਦੀ ਉਹ ਲਗਭਗ ਗੱਲ ਬਣ ਚੁੱਕੀ ਆ। ਅਤੇ ਉਹ ਆਪਣਾ ਬਿਜ਼ਨਸ ਨਹੀਂ ਵਿਗਾੜਨਾ ਚਾਹੁੰਦੇ, ਇਸ ਕਰਕੇ ਆਪਣੇ ਸਟਾਫ ਦੇ ਵਿੱਚ ਹੀ ਜ਼ਿਆਦਾਤਰ ਗਲਤੀਆਂ ਕੱਢ ਲੈਂਦੇ ਨੇ, ਅਤੇ ਜਿਹੜਾ ਕਿ ਬਹੁਤ ਜ਼ਿਆਦਾ ਗਲਤ ਗੱਲ ਹੈ। ਇਸ ਤਰ੍ਹਾਂ ਇਹ ਨਹੀਂ ਸੋਚਦੇ ਹੈਗੇ ਕਿ ਵੀ ਟੀਚਰਸ ਨੇਸ਼ਨ ਬਿਲਡਰ ਹੁੰਦੇ ਨੇ, ਤਾਂ ਨੇਸ਼ਨ ਬਿਲਡਰ ਨੂੰ ਆਪਾਂ ਪਹਿਲਾਂ ਹੀ ਮਾਰ ਦਿੰਦੇ ਹਾਂ ਤਾਂ ਨੇਸ਼ਨ ਤੁਹਾਡਾ ਕਿੱਥੋਂ ਬਿਲਡਅਪ ਹੋਵੇਗਾ। ਤਾਂ ਹੀ ਕਰਕੇ ਅੱਜ ਸਾਡੀ ਕੁਆਲਿਟੀ ਇੰਨੀ ਡਾਊਨ ਹੋ ਚੁੱਕੀ ਆ ਵੀ ਸਾਨੂੰ ਜਿਹੜੇ ਅੰਗਰੇਜ਼ਾਂ ਨੂੰ ਅਸੀਂ ਇੱਥੋਂ ਡੈਵਲ ਸਮਝ ਕੇ ਕੱਢਿਆ ਸੀ, ਅੱਜ ਸਾਨੂੰ ਉਹਨਾਂ ਦੇ ਜਾ ਕੇ ਗੋਡੇ ਫੜਨੇ ਪੈ ਰਹੇ ਨੇ। ਆਪਣਾ ਬੱਚਾ ਵੀ ਦੇ ਰਹੇ ਹਾਂ ਅਤੇ ਨਾਲ 20-25 ਲੱਖ ਰੁਪਇਆ ਵੀ ਦੇ ਰਹੇ ਹਾਂ, ਅਤੇ ਇਹ ਉਹਦਾ ਰਿਜ਼ਲਟ ਹੈ। ਬਿਲਕੁਲ, ਬਹੁਤ ਡੈਪਥ ਦੇ ਨਾਲ ਤੁਸੀਂ ਬਹੁਤ ਡੀਪ ਗੱਲ ਕਹੀ ਹੈ ਇਹ ਗੋਗੀ ਭਾਅ ਜੀ, ਕਿ ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਡੈਵਲ ਕਹਿੰਦੇ ਸੀਗੇ ਅੰਗਰੇਜ਼ਾਂ ਨੂੰ, ਉਹਨਾਂ ਦੇ ਨਾਲੇ ਤਾਂ ਉਹਨਾਂ ਨੂੰ 20-25 ਲੱਖ ਰੁਪਇਆ ਵੀ ਦੇ ਰਹੇ ਹੈ, ਨਾਲੇ ਉਹਨਾਂ ਦੇ ਗੋਡੇ ਹੱਥ ਵੀ ਲਾ ਰਿਹਾ, ਨਾਲੇ ਤਾਂ ਉੱਥੇ ਪੜ੍ਹਾਉਣ ਨੂੰ ਵੀ ਮਜਬੂਰ ਹੈ। ਕਿਉਂ? ਇਹ ਇੱਥੇ ਕਮੀਆਂ ਸਾਡੀਆਂ ਖੁਦ ਦੀਆਂ ਹੀ ਨੇ, ਸਾਡੀਆਂ ਖੁਦ ਦੀਆਂ ਹੀ ਪੇਰੈਂਟਸ ਦੀਆਂ ਕਮੀਆਂ ਨੇ ਕਿ ਉਹ ਅਗਰ ਬੱਚੇ ਦਾ ਪਹਿਲਾਂ ਹੀ ਜਿਹੜਾ ਨਿਊ ਜਿਹੜੀ ਹੈ ਉਹ ਰਿਸਪੈਕਟਫੁੱਲ ਰੱਖ ਦੇਣ ਤਾਂ ਅੱਗੇ ਜਾ ਕੇ ਉਹ ਬੱਚੇ ਨੂੰ ਕਦੇ ਦਿੱਕਤ ਨਹੀਂ ਆਉਂਦੀ। ਔਰ ਜੇ ਤੁਸੀਂ ਜੇ ਪੇਰੈਂਟਸ ਵੀ ਇਹ ਚੀਜ਼ ਸੁਣ ਰਹੇ ਨੇ ਤਾਂ ਮੈਂ ਪਲੀਜ਼ ਉਹਨਾਂ ਨੂੰ ਇਹ ਗੱਲ ਕਹੂੰਗਾ ਕਿ ਟੀਚਰ ਜਿਹੜਾ ਹੁੰਦਾ ਨਾ ਉਹ ਤੁਹਾਡੇ ਬੱਚੇ ਦਾ ਭਵਿੱਖ ਬਣਾਉਣ ਵਾਲਾ ਹੁੰਦਾ, ਉਹਨੂੰ ਜਿਹੜੇ ਸਪੋਰਟ ਪਾਣੀ ਤੁਸੀਂ ਨੇ ਦੇਣਾ ਹੁੰਦਾ, ਲੇਕਿਨ ਉਹਨੂੰ ਜਿਹੜੀ ਹਵਾ ਉਹਨੂੰ ਜਿਹੜੇ ਮਿਨਰਲਸ ਨੇ ਨਾ ਉਹ ਟੀਚਰ ਨੇ ਦੇਣੇ ਹੁੰਦੇ ਨੇ, ਤਾਂ ਕਿ ਉਹ ਅੱਛੀ ਉਹ ਕਿਹੜੀ ਖਾਦ ਉਹਨੂੰ ਪਊਗੀ ਕਿ ਉਹ ਕਿੱਦਾਂ ਦਾ ਗਰੋਥ ਕਰੂਗਾ। ਸਿਰਫ ਪੇਰੈਂਟਸ ਤਾਂ ਪਾਣੀ ਔਰ ਮਿੱਟੀ ਦੇਣੇ ਵਾਲੇ ਨੇ, ਉਹਨਾਂ ਨੇ ਤਾਂ ਬੀਜ ਲਾ ਕੇ ਉਗਾ ਤਾ, ਉਹਨਾਂ 'ਚ ਜਿਹੜੇ ਮਿਨਰਲਸ ਜਿਹੜੇ ਪਾਣੇ ਨੇ ਉਹ ਟੀਚਰ ਨੇ ਪਾਣੇ ਹੁੰਦੇ ਨੇ। ਅਤੇ ਇਸੇ ਕਰਕੇ ਇਹ ਚੀਜ਼ ਨੂੰ ਲੋਕ ਸਮਝਦੇ ਨਹੀਂ ਹੈਗੇ, ਅਤੇ ਜੇ ਟੀਚਰਸ ਉਹ ਮਿਨਰਲਸ ਨਾ ਪਾਉਣ ਤਾਂ ਕਿੱਥੇ ਕੁ ਜਾ ਕੇ ਗਰੋਥ ਖੜਦੀ ਹੈ ਤੁਹਾਡੇ ਬੱਚੇ ਦੀ, ਉਹ ਤੁਸੀਂ ਖੁਦ ਸੋਚ ਸਕਦੇ ਹੋ। ਤਾਂ ਇਹ ਜਿਹੜਾ ਮੈਟਰ ਜਿਹੜਾ ਹੈ ਇਹ ਇੱਕਦਮ ਇੱਦਾਂ ਹੀ ਖਤਮ ਨਹੀਂ ਹੋਣਾ, ਇਹਨੂੰ ਖਤਮ ਹੋਣ ਨੂੰ ਭਾਵੇਂ ਹਲੇ ਟਾਈਮ ਲੱਗੇਗਾ। ਤਾਂ ਦੋਸਤੋ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਕਿ ਜੇ ਕਿਸੇ ਵੀ ਕੋਈ ਵੀ ਪੇਰੈਂਟਸ ਸੁਣ ਰਹੇ ਨੇ ਜਾਂ ਕੋਈ ਵੀ ਟੀਚਰ ਸੁਣ ਰਹੇ ਨੇ, ਕਮੈਂਟਸ ਦੇ ਵਿੱਚ ਤੁਸੀਂ ਆਪਣੇ ਕੁਐਸਚਨਸ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਗਲਾ ਐਪੀਸੋਡ ਵੀ ਤੁਹਾਡੇ ਸਵਾਲਾਂ ਨੂੰ ਲੈ ਕੇ ਗੁਰਪ੍ਰੀਤ ਭਾਅ ਜੀ ਨਾਲ ਹੋਵੇ ਤਾਂ ਆਪਾਂ ਨੈਕਸਟ ਐਪੀਸੋਡ ਵੀ ਰੈਪੀਟੇਟਿਵ ਇਹੀ ਬਣਾ ਦਾਂਗੇ। ਜੇ ਤੁਸੀਂ ਨੇ ਪੂਰਾ ਐਪੀਸੋਡ ਸੁਣਿਆ ਅਤੇ ਤੁਹਾਡੇ ਕੋਈ ਸਵਾਲ ਨੇ ਤਾਂ ਬੀਂਗ ਅ ਪੇਰੈਂਟ ਔਰ ਬੀਂਗ ਅ ਟੀਚਰ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਜਾਂ ਪੇਰੈਂਟਸ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਟੀਚਰ ਨੂੰ ਲੈ ਕੇ ਜਾਂ ਟੀਚਰਸ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਪੇਰੈਂਟਸ ਨੂੰ ਲੈ ਕੇ ਤਾਂ ਉਹ ਜ਼ਰੂਰ ਪਾਇਓ, ਕਿਉਂਕਿ ਇਹਨੂੰ ਬਹੁਤ ਛੋਟਾ ਮੁੱਦਾ ਸਮਝਿਆ ਜਾਂਦਾ। ਮੋਸਟਲੀ ਸੋਚਣਗੇ ਲੋਕ ਕਿ ਪੇਰੈਂਟਸ ਔਰ ਟੀਚਰ ਜਾਂ ਬੱਚਿਆਂ ਨੂੰ ਲੈ ਕੇ ਯੂਥ ਨੂੰ ਲੈ ਕੇ ਮੈਂ ਐਪੀਸੋਡ ਬਣਾ ਰਿਹਾ, ਐਕਚੁਅਲ ਦੇ ਵਿੱਚ ਤੁਸੀਂ ਨਿਗਾਹ ਨਹੀਂ ਪਾ ਰਹੇ, ਇਹ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੈ ਕਿਉਂਕਿ ਭਾਅ ਜੀ, ਕਿਉਂਕਿ ਇਹ ਚੀਜ਼ ਦੇ ਉੱਤੇ ਜੇ ਅੱਜ ਅਸੀਂ ਬੱਚਿਆਂ 'ਤੇ ਨਿਗਾਹ ਦੇਵਾਂਗੇ ਨਾ, ਉਹਨਾਂ ਨੂੰ ਕੇਅਰ ਪ੍ਰੋਪਰ ਕੇਅਰ ਦੇਵਾਂਗੇ ਤਾਂ ਆਉਣ ਵਾਲਾ ਸਾਡਾ ਫਿਊਚਰ ਸਹੀ ਹੋਣਾ, ਇਸ ਗੱਲ ਦੇ ਉੱਤੇ ਗੌਰ ਨਹੀਂ ਹੋਣੀ। ਅੱਜ ਕੱਲ੍ਹ ਦੇ ਟਾਈਮ 'ਚ ਬੜੇ ਗਰਮ ਮੁੱਦੇ ਚੱਲ ਰਹੇ ਨੇ ਕਿ ਪੋਲੀਟੀਕਲ ਮੁੱਦੇ ਚੱਲ ਰਹੇ ਨੇ, ਸਰਕਾਰੀ ਮੁੱਦੇ ਚੱਲ ਰਹੇ ਨੇ, ਲੇਕਿਨ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ। ਜੇ ਇਸ ਵੱਲ ਧਿਆਨ ਹੋਏਗਾ ਤਾਂ ਹੀ ਸਾਡਾ ਜਿਹੜਾ ਫਿਊਚਰ ਜਿਹੜਾ ਉਹ ਸਿਕਿਓਰ ਹੋ ਸਕਦਾ। ਤੁਹਾਡਾ ਕੀ ਕਹਿਣਾ ਜੀ? ਹਾਂਜੀ ਸਰ, ਆਪਾਂ ਅੱਜ ਇੱਕ ਗੱਲ ਕਹਿ ਛੱਡਦੇ ਹਾਂ, ਅੱਜ ਦੇ ਬੱਚੇ ਕੱਲ੍ਹ ਦੇ ਨੇਤਾ। ਅੱਜ ਦੇ ਬੱਚੇ ਸਿਰਫ ਕੱਲ੍ਹ ਦੇ ਨੇਤਾ ਹੀ ਨਹੀਂ ਬਲਕਿ ਆਉਣ ਵਾਲੇ ਕੱਲ੍ਹ ਦੇ ਭਵਿੱਖ ਨੇ, ਹਰ ਇੱਕ ਲਾਈਨ ਦੇ ਵਿੱਚ, ਚਾਹੇ ਉਹ ਕੋਈ ਸਮਾਜਿਕ ਸਰੋਕਾਰ ਆ, ਚਾਹੇ ਕੋਈ ਵਿੱਦਿਆ ਦੇ ਅਦਾਰੇ ਦੇ ਵਿੱਚ, ਜਾਂ ਫਿਰ ਕਿਸੇ ਸੈਨਿਕ ਦੇ ਭਲਾਈ ਬੋਰਡ ਦੇ ਵਿੱਚ, ਜਾਂ ਫਿਰ ਕਿਸੇ ਪੁਲਿਸ ਡਿਪਾਰਟਮੈਂਟ ਦੇ ਵਿੱਚ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ, ਤਾਂ ਇਹ ਬੱਚਿਆਂ ਨੇ ਹੀ ਵੱਡੇ ਹੋ ਕੇ ਆਪਣਾ ਜਿਹੜਾ ਹੈ ਕਾਰਜਭਾਰ ਸਾਂਭਣਾ ਹੈ। ਜੇ ਅੱਜ ਅਸੀਂ ਇਹਨਾਂ ਨੂੰ ਸਾਂਭਾਂਗੇ ਤਾਂ ਇਹ ਆਉਣ ਵਾਲੇ ਸਮੇਂ ਨੂੰ ਸਾਂਭਣਗੇ, ਪਰ ਜੇ ਅਸੀਂ ਅੱਜ ਕੁਆਲਿਟੀ ਲੋ ਦੇ ਤੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਹੀ ਜਾ ਕੇ ਉਹ ਅਦਾਰਿਆਂ ਦੇ ਵਿੱਚ ਜਾਂ ਉਹਨਾਂ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੋਣਾ,
ਤੇ ਫਿਰ ਉਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਰਤ ਦੀ ਇਸ ਜੋ ਬੱਸ ਹੈ ਭਾਰਤ ਰੂਪੀ ਬੱਸ ਉਹ ਕਿੱਧਰ ਨੂੰ ਜਾਵੇਗੀ ਜੇਕਰ ਇਹੋ ਜਿਹੇ ਹੱਥਾਂ ਦੇ ਵਿੱਚ ਅਸੀਂ ਆਪਣਾ ਭਵਿੱਖ ਦੇਵਾਂਗੇ। ਇਸ ਤੋਂ ਇਲਾਵਾ ਭਾਰਤ ਜਿਹੜਾ ਹੈ ਪਹਿਲਾਂ ਤੋਂ ਹੀ ਵਿੱਦਿਅਕ ਖੇਤਰ ਦੇ ਵਿੱਚ ਬਹੁਤ ਹੀ ਨਿਪੁੰਨ ਮੰਨਿਆ ਗਿਆ ਕਿਉਂਕਿ ਸਭ ਤੋਂ ਪਹਿਲੀਆਂ ਯੂਨੀਵਰਸਿਟੀਜ਼ ਜਾਂ ਪਹਿਲਾਂ ਦੀ ਜਿਹੜੀ ਐਜੂਕੇਸ਼ਨ ਸਿਸਟਮ ਸੀ ਰਿਗਵੇਦ ਦੇ ਟਾਈਮ 'ਤੇ ਹੀ ਲਾ ਲਓ ਜਾਂ ਫਿਰ ਹੋਰ ਉਹ ਤੋਂ ਬਾਅਦ ਦਾ ਟਾਈਮ ਦਾ ਵੀ ਭਾਰਤ ਹੀ ਇਹਦੇ ਵਿੱਚ ਮੋਢੀ ਰਿਹਾ ਪਰ ਅੱਜ ਅਸੀਂ ਕਿਤੇ ਨਾ ਕਿਤੇ ਇਹ ਲੱਗ ਰਹੇ ਹਾਂ ਕਿ ਮੋਢੀ ਤਾਂ ਅਸੀਂ ਹੈਗੇ ਪਰ ਪਿਛਲੇ ਪਾਸਿਓਂ ਕਿਉਂਕਿ ਸਾਡੇ ਜੋ ਇਹ ਚੀਜ਼ ਬਿਲਕੁਲ ਹੀ ਤਬਾਹ ਹੋ ਰਹੀ ਆ ਇਹੀ ਕਾਰਨ ਆ ਕਿ ਅਸੀਂ ਇਹ ਚੀਜ਼ ਨੂੰ ਗ੍ਰਹਿਣ ਕਰਨ ਵਾਸਤੇ ਯਾਨੀ ਵਿੱਦਿਆ ਨੂੰ ਗ੍ਰਹਿਣ ਕਰਨ ਵਾਸਤੇ ਬਾਹਰ ਨੂੰ ਭੱਜੋ ਭੱਜੀ ਕਰ ਰਹੇ ਹਾਂ। ਜਿਹੜੇ ਅਦਾਰੇ ਆਕਸਫੋਰਡ ਯੂਨੀਵਰਸਿਟੀ ਦੀ ਗੱਲ ਲੈ ਸਕਦੇ ਹਾਂ ਆਪਾਂ ਉਹਦਾ ਇਤਿਹਾਸ ਹਾਲੇ 1000 ਸਾਲ ਪੁਰਾਣਾ ਵੀ ਨਹੀਂ ਪਰ ਅੱਜ ਅਸੀਂ ਸਾਰੇ ਇਰਦੇ ਗਿਰਦੇ ਆਇਲਸ ਕਰਕੇ ਉਹਦੇ ਆਲੇ ਦੁਆਲੇ ਹੀ ਘੁੰਮ ਰਹੇ ਹਾਂ। ਸਾਡੀਆਂ ਤਕਸ਼ਲਾ ਨਲੰਦਾ ਇਹ ਕਿੱਥੇ ਗਈਆਂ ਕਿਸੇ ਨੂੰ ਨਹੀਂ ਪਤਾ, ਖੰਡਰ ਬਣ ਕੇ ਇੱਕ ਸਮੇਟੀਆਂ ਗਈਆਂ। ਇਹ ਗਲਤੀਆਂ ਸਾਡੇ ਬਜ਼ੁਰਗਾਂ ਨੇ ਕੀਤੀਆਂ ਅਤੇ ਇਹੀ ਗਲਤੀਆਂ ਨੂੰ ਅਸੀਂ ਰਿਪੀਟ ਕਰ ਰਹੇ ਹਾਂ ਅਤੇ ਮੇਰਾ ਤਾਂ ਕਹਿਣਾ ਇਹ ਆ ਜੇ ਅਸੀਂ ਨਾ ਸੁਧਰੇ ਤਾਂ ਫਿਰ ਕਹਿੰਦੇ ਨਹੀਂ ਅੰਗਰੇਜ਼ੀ ਦੀ ਕਹਾਵਤ ਹੈ ਇਫ ਯੂ ਨੋਟ ਕਿਓਰ ਮਸਟ ਇੰਡਿਓਰ, ਨਹੀਂ ਤਾਂ ਗਲ ਪਿਆ ਢੋਲ ਵਜਾਉਣਾ ਹੀ ਪਊਗਾ। ਮਤਲਬ ਤੁਸੀਂ ਇਹ ਬਹੁਤ ਅੱਛਾ ਟੋਪਿਕ ਜਿਹੜਾ ਨਾਲ ਦੀ ਨਾਲ ਦਿੱਤਾ ਕਿ ਅਸੀਂ ਜੋ ਗਲਤੀਆਂ ਸਾਡੇ ਪੁਰਖਾਂ ਨੇ ਕਰੀਆਂ ਉਹਨਾਂ ਨੂੰ ਨਲੰਦਾ ਨੂੰ ਔਰ ਤਕਸ਼ਿਲਾ ਨੂੰ ਖਤਮ ਕਰਕੇ ਜਾਂ ਖਤਮ ਹੋਣ ਦੇਣ ਕਰਕੇ ਜਾਂ ਦੁਬਾਰਾ ਉਹਨੂੰ ਨਾ, ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਵਿਦੇਸ਼ੀ ਹਮਲਾਵਰਾਂ ਨੇ ਢਾਤੀਆਂ ਸੀ ਉਹ, ਤਾਂ ਉਹਨਾਂ ਨੂੰ ਦੁਬਾਰਾ ਖੜਾ ਕਿਉਂ ਨਹੀਂ ਕੀਤਾ ਗਿਆ ਸਾਡੇ ਪੁਰਖਾਂ ਦੀਆਂ ਗਲਤੀਆਂ? ਅਤੇ ਹੁਣ ਦੀ ਜਿਹੜੀ ਕਮਿਊਨਿਟੀ ਹੈ ਉਹ ਕੀ ਨੁਕਸਾਨ ਕਰ ਰਹੀ ਕਿ ਅੱਜ ਦੇ ਟੀਚਰ ਨੂੰ ਢਾ ਰਹੀ ਹੈ, ਉਹਦਾ ਮਨੋਬਲ ਤੋੜ ਰਹੀ ਹੈ। ਟੀਚਰ ਕਹਿੰਦਾ ਠੀਕ ਹੈ ਯਾਰ ਕਰ, ਵਿਗੜਦੇ ਵਿਗੜੀ ਜਾਣ, ਮੇਰਾ ਕੀ ਜਾਂਦਾ ਯਾਰ, ਮੈਂ ਫਾਲਤੂ ਦੇ ਚੱਕਰਾਂ 'ਚ ਕਿਉਂ ਪਾਵਾਂ? ਤਾਂ ਇਹ ਚੀਜ਼ ਕਿਤੇ ਨਾ ਕਿਤੇ ਨਾ ਪਿਛਲੇ ਨਾਲ ਐਂਸ਼ੀਅੰਟ ਟਾਈਮ ਦੇ ਨਾਲ ਰਿਲੇਟ ਕਰ ਰਹੀ ਹੈ। ਹਾਂਜੀ ਬਿਲਕੁਲ, ਕਿਉਂਕਿ ਜੇ ਦੇਖਿਆ ਜਾਵੇ ਇੱਕ ਜੋ ਕਿਤਾਬ ਹੈ, ਕਿਤਾਬ ਨੂੰ ਬੋਲਣ ਵਾਲਾ ਮੂੰਹ ਆ ਜੋ ਉਹ ਟੀਚਰ ਆ। ਜੇ ਸਾਡੇ ਕੋਲ ਜਿੰਨੇ ਮਰਜ਼ੀ ਗ੍ਰੰਥ ਹੋਣ, ਜਿੰਨੇ ਮਰਜ਼ੀ ਵਿਦਵਤਾ ਦੇ ਵਿੱਚ ਸਾਡੇ ਕੋਲ ਬਹੁਤ ਉੱਚ ਕੋਟੀ ਦੀਆਂ ਕਹਿ ਸਕਦੇ ਰਚਨਾਵਾਂ ਹੋਣ, ਪਰ ਉਹਨਾਂ ਨੂੰ ਬੋਲ ਕੇ ਜੋ ਵੋਕਲ ਰੂਪ ਦੇਣ ਵਾਲਾ ਕੇਵਲ ਅਤੇ ਕੇਵਲ ਟੀਚਰ ਹੁੰਦਾ, ਉਹਦੀ ਵਿਆਖਿਆ ਕਰਨ ਵਾਲਾ, ਅੱਜ ਅਸੀਂ ਉਸ ਨੂੰ ਦੱਬ ਰਹੇ ਹਾਂ। ਜਿਵੇਂ ਤੁਸੀਂ ਨੇ ਵਧੀਆ ਗੱਲ ਕਹੀ ਕਿ ਜਿੱਦਾਂ ਪਹਿਲਾਂ ਤਾਂ ਯੂਨੀਵਰਸਿਟੀਆਂ ਢਾ ਕੇ ਗਏ ਸੀ ਜਿਹੜੇ ਹਮਲਾਵਰ ਸੀ, ਪਰ ਅੱਜ ਦੇ ਅਸੀਂ ਆਪਾਂ ਉਹ ਟੀਚਰਾਂ ਨੂੰ ਢਾ ਰਹੇ ਹਾਂ ਜਿਹੜੀ ਉਹਦੀ ਇੱਕ ਆਵਾਜ਼ ਨੇ। ਦੇਖੋ ਇੱਕ ਸਾਹਿਤ ਜੇਕਰ ਸਾਡੇ ਕੋਲੋਂ ਗਵਾਚ ਗਿਆ ਜਾਂ ਕਾਪੀ ਸਾਡੀ ਕੋਈ ਖਰਾਬ ਹੋ ਜਾਂਦੀ ਹੈ ਜਾਂ ਮੰਨ ਲਓ ਕਿ ਗਵਾਚ ਗਈ, ਅਸੀਂ ਉਸਨੂੰ ਦੁਬਾਰਾ ਬਣਾ ਸਕਦੇ ਹਾਂ, ਪਰ ਜੇਕਰ ਉਹ ਵਿਦਿਆਰਥੀ ਹੀ ਗਵਾਚ ਗਿਆ ਜਿਸ ਦੀ ਉਹ ਕਾਪੀ ਸੀ, ਤਾਂ ਅਸੀਂ ਉਸਨੂੰ ਕਿੱਥਾਂ ਦੁਬਾਰਾ ਖੋਜਾਂਗੇ? ਇਹੀ ਕੋਈ ਸਾਡੇ ਟੀਚਰ ਜਾਂ ਟੀਚਿੰਗ ਲਾਈਨ ਦੇ ਨਾਲ ਹੋ ਰਿਹਾ। ਬੇਸ਼ੱਕ ਜਿਹੜਾ ਹੈ ਗਿਣਤੀ ਦੇ ਵਿੱਚ ਬਹੁਤ ਸਾਰੇ ਟੀਚਰ ਭਰਤੀ ਕੀਤੇ ਜਾ ਰਹੇ ਨੇ, ਬਹੁਤ ਸਾਰੀਆਂ ਸ਼ੇਖੀਆਂ ਮਾਰੀਆਂ ਜਾ ਰਹੀਆਂ ਨੇ, ਅਸੀਂ ਨੰਬਰ 1 'ਤੇ ਆ ਗਏ, ਇਹ ਗੱਲਾਂ ਕਹੀਆਂ ਜਾ ਰਹੀਆਂ ਨੇ, ਪਰ ਸੱਚਾਈ ਇਸ ਤੋਂ ਕੋਹਾਂ ਦੂਰ ਆ। ਸੱਚਾਈ ਦੇ ਵਿੱਚ ਇਹ ਹੈ ਕਿ ਅਸੀਂ ਗਿਣਾਤਮਿਕ ਵੱਲ ਤਾਂ ਬਹੁਤ ਤੁਰ ਪਏ ਪਰ ਗੁਣਾਤਮਿਕ ਪੱਖ ਤੋਂ ਬਹੁਤ ਜ਼ਿਆਦਾ ਪਛੜ ਚੁੱਕੇ ਹਾਂ, ਅਤੇ ਬਹੁਤ ਹੀ ਜਲਦੀ ਏਕਣ ਮੰਨ ਕੇ ਚੱਲੋ ਕਿ ਇੱਕ ਐਮਰਜੈਂਸੀਕਲੀ ਇਸ ਨੂੰ ਇੱਕ ਸਿਚੁਏਸ਼ਨ ਸਮਝ ਕੇ ਇਹਦੇ ਉੱਤੇ ਕੰਮ ਕਰਨ ਦੀ ਲੋੜ ਆ, ਨਹੀਂ ਤਾਂ ਅਸੀਂ ਦੁਨੀਆ ਦੇ ਸੰਦਰਭ ਦੇ ਵਿੱਚ ਬਹੁਤ ਪਿੱਛੇ ਰਹਿ ਜਾਵਾਂਗੇ। ਬਿਲਕੁਲ ਸਹੀ ਗੱਲ। ਅਤੇ ਦੋਸਤੋ ਇਸੇ ਨਾਲ ਅਸੀਂ ਕਲੋਜ਼ਿੰਗ ਵੱਲ ਨੂੰ ਵੱਧਦੇ ਹਾਂ, ਅਤੇ ਮੇਰੇ ਮਿੱਤਰ ਕਈ ਨਾ ਆਡੀਓ ਸੁਣ ਵੀ ਰਹੇ ਨੇ, ਉਹਨਾਂ ਨੂੰ ਪਿੱਛੇ ਗਾਂ ਅਤੇ ਮੱਝਾਂ ਦੀ ਆਵਾਜ਼ ਵੀ ਆ ਰਹੀ ਹੋਣੀ ਹੈ। ਤਾਂ ਮੈਂ ਤੁਹਾਨੂੰ ਜਿਵੇਂ ਮੈਂ ਪਹਿਲਾਂ ਮੈਨਸ਼ਨ ਕੀਤਾ ਕਿ ਸਾਡੇ ਜਿਹੜੇ ਗੁਰਪ੍ਰੀਤ ਭਾਅ ਜੀ ਨੇ, ਗੋਗੀ ਭਾਅ ਜੀ ਨੇ ਉਹਨਾਂ ਪਸ਼ੂ ਪਾਲਣ ਵੀ ਕਰਦੇ ਨੇ ਅਤੇ ਉਹਨਾਂ ਨੇ ਔਰਗੈਨਿਕ ਖੇਤੀ ਵੀ ਉਹਨਾਂ ਦੀ ਜਿਹੜੀ ਹੈ ਔਰਗੈਨਿਕ ਖੇਤੀ ਵੀ ਉਹਨਾਂ ਦੀ ਚੱਲ ਰਹੀ ਹੈ ਅਤੇ ਨਾਲ ਉਹ ਬੱਚਿਆਂ ਨੂੰ ਵੀ ਪੜ੍ਹਾ ਰਹੇ ਨੇ। ਉਹਨਾਂ ਕੋਲ 40-50 ਬੱਚੇ ਆਉਂਦੇ ਨੇ ਮੋਰਨਿੰਗ ਤੋਂ ਲੈ ਕੇ ਈਵਨਿੰਗ ਤੱਕ, ਸ਼ਾਮ ਤੱਕ। ਉਹ ਕਹਿਣ ਦਾ ਭਾਵ ਹੈ ਕਿ ਇਹਨਾਂ ਦਾ ਜਿਹੜਾ ਤਰੀਕਾ ਐਸਾ ਨਾ ਕਿ ਪੜ੍ਹਾਉਣ ਦਾ ਕਿ ਜਿਹੜਾ ਇਹਨਾਂ ਕੋਲ ਆ ਜਾਂਦਾ ਉਹ ਫਿਰ ਬੱਚਾ ਕਿਤੇ ਹੋਰ ਜਾਂਦਾ ਹੀ ਹੈ ਨਹੀਂ। ਅੱਛਾ ਤੁਸੀਂ ਹੁਣ ਆਪਣੀ ਔਰਗੈਨਿਕ ਖੇਤੀ ਅਤੇ ਪਸ਼ੂਆਂ ਬਾਰੇ ਵੀ ਥੋੜ੍ਹੀ ਜਿਹੀ ਗੱਲਬਾਤ ਕਰੋ, ਕਿਉਂਕਿ ਉਹ ਪਿੱਛੋਂ ਜ਼ੋਰ ਜ਼ੋਰ ਨਾਲ ਬੋਲ ਕੇ ਦੱਸ ਰਹੇ ਨੇ ਵੀ ਹਾਂ ਜੀ ਅਸੀਂ ਵੀ ਹੈਗੇ ਹਾਂ। ਸਰ ਉਹਨਾਂ ਦਾ ਜੋ ਅਫਸਾਨਾ ਉਹ ਆਪੇ ਬੋਲ ਕੇ ਦੱਸ ਰਹੇ ਨੇ ਪਹਿਲੀ ਗੱਲ ਤਾਂ, ਅਤੇ ਔਰਗੈਨਿਕ ਖੇਤੀ ਉੱਤੇ ਫਿਰ ਲੰਮਾ ਚਲਾ ਜਾਵੇਗਾ ਥੋੜ੍ਹਾ ਟੋਪਿਕ, ਆਪਾਂ ਕਦੇ ਫਿਰ ਗੱਲ ਕਰਾਂਗੇ। ਅਤੇ ਕੁੱਲ ਮਿਲਾ ਕੇ ਜੋ ਅੱਜ ਦਾ ਐਪੀਸੋਡ ਸੀ ਇਹਦੇ ਵਿੱਚ ਇਹ ਇੱਕ ਸਿਰਫ ਐਪੀਸੋਡ ਹੀ ਨਹੀਂ ਹੈਗਾ ਜਾਂ ਕੁਛ ਕਈਆਂ ਗੱਲਾਂ ਹੀ ਨਹੀਂ ਹੈਗੀਆਂ, ਇਹਨਾਂ ਉੱਤੇ ਅਸਲ ਰੂਪ 'ਚ ਅਮਲ ਕਰਨ ਦੀ ਲੋੜ ਹੈ, ਨਹੀਂ ਤਾਂ ਫਿਰ ਭਾਰਤ ਨੂੰ ਤੁਸੀਂ ਇੱਕ ਨਕਸ਼ੇ 'ਤੇ ਲੱਭਦੇ ਰਹਿ ਜਾਓਗੇ ਜਿਸ ਹਿਸਾਬ ਨਾਲ ਟੋਟੇ ਹੋ ਰਹੇ ਨੇ ਜਾਂ ਵਿਦੇਸ਼ੀ ਤਾਕਤ, ਕਿਉਂਕਿ ਅਸੀਂ ਆਪਣੀ ਇੱਕ ਕਰੀਮ ਜੋ 7 ਬੈਂਡ 6.5 ਬੈਂਡ ਵਾਲੀ ਆ ਉਹ ਲਾ ਲਾ ਕੇ ਦੂਸਰਿਆਂ ਨੂੰ ਦੇਈ ਜਾ ਰਹੇ ਹਾਂ ਅਤੇ ਉਹ ਇੰਨਾ ਸਸਤੇ ਮੁੱਲ ਕੇ ਨਾਲ ਪੈਸੇ ਵੀ ਦੇਈ ਜਾ ਰਹੇ ਹਾਂ। ਬਿਲਕੁਲ ਉੱਦਾਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਵੀ ਆਹ ਲੈ ਆ ਗਊ ਲੈ ਜਾ ਅਤੇ ਬਿਲਕੁਲ ਫੰਡਰ ਹੈ ਅਤੇ ਇਹਦੇ ਨਾਲ ਹੈ ਨਾ ਦੋ ਥੈਲੇ ਚੋਕਰ ਦੇ ਵੀ ਲੈ ਜਾ, ਫੀਡ ਦੇ ਵੀ ਲੈ ਜਾ, ਵੀ ਇਹਦੀ ਤੂੰ ਕੇਅਰ ਕਰ ਲੈ। ਅਤੇ ਇੰਨਾ ਜ਼ਿਆਦਾ ਬੁਰੇ ਹਾਲਾਤ ਹੋ ਗਏ ਦੁਨੀਆਂ ਦੇ ਵਿੱਚ, 37% ਡਾਕਟਰ ਅਤੇ 44% ਇੰਜੀਨੀਅਰ ਜਿਹੜੇ ਦੇਸ਼ ਦੇ ਨੇ ਉਹ ਦੇਸ਼ ਦੇ ਵਿੱਚ ਆਪਣਾ ਐਜੂਕੇਸ਼ਨ ਦਾ ਹਾਲਾਤ ਇੰਨੇ ਬੁਰੇ, ਜਦਕਿ
मेरे ख्याल दे विच हुण तक दा सब तो ज़्यादा वर्स्ट टाइम कह सकते एजुकेशन वास्ते ये एजुकेशन दे अदारे बहुत ज़्यादा खुली जा रहे हैं मेनली प्राइवेट सैक्टर दे विच सरकारी सैक्टर तो जिवें जाण बुझ के एक शासन दे तहत तबाह कीता जा रहा होवे ते प्राइवेट अदारे भी खुल रहे हैं बट उहदे विच भी की एक शोर ये आ जिवें कि पशु मगर कर रहे ने पर कढ़न पाउण नूं कुछ नहीं डीप गल करी हाँ जी ते दोस्तों जिवें मैं पहला मैं मैनशन करिया कि जे बीइंग अ पेरेंट बीइंग अ टीचर तुहाडे कोई सवाल ने नीचे लिख सकते हो ते असी तुहाडे कहे ते एक एपीसोड होर इस तरह का तुहाडे सवालां ते तुहाडे क्वेश्चन से तुहाडे जवाब जिहड़े ने उहनां नूं लैके जरूर बना सकते हैं ते थोड़े उपर डिपेंड करता जे किसे कोई एक भी सवाल आ गया तो असी एपीसोड सैकेंड भी इस तहत असी बना देंगे ते गुरप्रीत भाजी नाल जिहड़ियां रहिंदियां गल्लां होर ने वह भी करांगे भाजी गुरप्रीत भाजी कोई तुसी ऑडियंस नूं जिहड़ी साडी भावें टीचर है पेरेंट्स है यंग है बुढ़े हैं ओल्ड हैं उहनां लई कोई धन्नवाद वाला मैसेज दे विच कुछ कहना चाहते हो सर मैसेज तो यह है कि असल दे विच कोई मैसेज ही नहीं हैगा यह जे समय दे विच कोई मैसेज देना बनता नहीं हैगा तो यही है कि भी ये उत्ते बहुत ज़्यादा डूंघाई दे विच जाके सोचण दी लोड़ है इसनूं एक तरह यह मन्नो कि भी अज रोटी दे बिना चाहे आप एक डंग सार लीए भी पर इस विषय उत्ते विद्वाना की राय ली जाए तो वो नाल अपना सरकारी जो भी तंत्र है उसनू भी एक्टिव होना चाहिए तो इसनों एक ऐ मन के चलना चाहिए कि एक युद्ध वर्गी एक स्थिति हुई पी है जो साडे देश उत्ते है वो युद्ध है एक तरह का एजुकेशन का आतंक जिहड़ा कि फैलाया जा रहा है विदेशी पावरों द्वारा बेचिया जा रहा है पर वंडिया नहीं जा रहा तो यही मेरा संदेश है थैंक यू भाजी शो ते सानू टाइम देने वास्ते अपने छोटे भरा नू टाइम देने वास्ते क्योंकि मैनू ये मेरे नज़रिए दे विच इस तो बेहतर आंसर नहीं मिल सकते सीगे और इन्ने वधिया तरीके दे नाल जवाब जिहड़े ने वो नहीं मिल सकते सी समा ज़्यादा हो रहा है ते इसे नाल मैं इजाजत लैंदा तुहाडे तो ते जुड़े रहो सुनते रहो और वंडो शेयर करो ये क्योंकि ये मैसेज हर बंदे तक पहुँचना चाहिए क्योंकि हर बंदा जो हले नहीं है उन्हें कल नू पेरेंट बनना है तो जो अज टीचर नहीं है वह कल नू हो सकता है टीचर बने तो ये चीज़ जिनी तुसी डिस्ट्रीब्यूट करोगे उन्नी ज़्यादा नॉलेज जिहड़ी हैगी आ वह समाज दे विच वंडी जाऊगी क्योंकि इस नॉलेज की समाज नू बहुत ज़्यादा जरूरत है तो दोस्तों तो इस नाल सानू दो इजाजत तो जुड़े रहो याराना महफिल रेडियो नाल ते जांदे जांदे शेयर करो दब के सुनते रहो सब्सक्राइब करना ना भूलना याराना महफिल रेडियो इंडिया।